ਕੀ ਹਾਲ ਆ? ਹੋਰ ਵੀ ਵਧੀਆ। ਹਾਂ ਠੀਕ ਹੈ ਠੀਕ ਹੈ। ਸਨੀ ਹੋਰ ਮੈਂ ਕੀ ਸੋਚੀ ਜਾਂਦਾ? ਖੋਜੀ ਬਾਈ ਬਸ ਬੈਠੋ ਵੀਰੇ, ਕੋਈ ਨਾ ਗੱਲ ਪਤਾ ਕਰਦੇ। ਹੋਰ ਸੁਣਾ ਵੇ, ਕਿਵੇਂ ਠੀਕ ਠਾਕ? ਕਿਵੇਂ ਗੁੰਮ ਸੁੰਮ ਜਿਹਾ ਬੈਠਾ, ਇਹ ਟਾਈਮ ਬਾਅਦ ਆਇਆ, ਕੋਈ ਗੱਲ ਬਸ ਨਾ ਆਇਆ ਹੋਣੀ ਯਾਰ। ਬਸ ਵੈਸੇ ਉਦਾਂ ਹੀ ਮੈਂ ਵੀ ਨੋਟ ਕਰੀ ਜਾਂਦਾ, ਕਾਫੀ ਸੈਡ ਜਿਹਾ ਲੱਗਦਾ ਯਾਰ ਬਈ। ਸੈਡ ਯਾਰ, ਤੁਹਾਨੂੰ ਪਤਾ ਹੀ ਯਾਰ ਆਪਣੇ ਪੰਜਾਬ ਦਾ ਮੋਲ ਅੱਜ ਕੱਲ੍ਹ ਕੀ ਹੋਇਆ ਪੈਣਾ। ਮੈਂ ਉਹ ਚੀਜ਼ ਨੂੰ ਵੇਖ ਕੇ ਯਾਰ ਬੜਾ ਮਨ ਖਰਾਬ ਹੁੰਦਾ ਯਾਰ। ਤੁਹਾਡੇ ਕੋਲ ਵੀ ਵੀਡੀਓ ਆਈ ਹੋਗੀ ਵਟਸਐਪ 'ਤੇ ਯਾਰ, 4-5 ਦਿਨ ਹੋ ਗਏ ਇੱਕ ਵੀਡੀਓ ਆਈ ਕਿ ਤੁਹਾਨੂੰ ਮੁੰਡੇ ਨਸ਼ੇ ਨਾਲ। ਬਸ ਇਹੀ ਸੋਚ ਸੋਚ ਕੇ ਯਾਰ ਦਿਮਾਗ ਬਹੁਤ ਖਰਾਬ ਹੁੰਦਾ, ਬੜਾ ਬੁਰਾ ਹਾਲ ਹੋ ਗਿਆ ਪੰਜਾਬ ਦਾ ਯਾਰ। ਵੀਡੀਓ ਆ ਰਹੀਆਂ ਦੇਖ ਰਿਹਾ, ਕੋਈ ਨਾ ਕੋਈ ਮੁੰਡਾ ਨਸ਼ੇ ਨਾਲ ਮਰਿਆ ਪਿਆ ਹੁੰਦਾ ਨਾ, ਕੋਈ ਕਿੱਥੇ ਪਿਆ ਹੁੰਦਾ, ਕੋਈ ਕਿੱਥੇ ਪਿਆ ਹੁੰਦਾ। ਬੜੀ ਹੈਰਾਨੀ ਹੁੰਦੀ ਆ ਸੋਚ ਸੋਚ ਕੇ, ਪਤਾ ਨਹੀਂ ਨਸ਼ਾ ਕਿਵੇਂ ਬੰਦ ਹੋਊਗਾ ਪੰਜਾਬ 'ਚ। ਇੱਕ ਮਿੰਟ ਬਾਈ, ਆਹੀ ਵੇਖ ਲਾ ਬੰਦਾ, ਕੋਈ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਬਾਈ। ਇਹਨੂੰ ਰੋਕਦੇ ਕਿਉਂ ਨਹੀਂ ਪਿੰਡ ਵਾਲੇ? ਰੋਕੂ ਕੌਣ, ਜਿਹਨਾਂ ਨੂੰ ਆਪਣਾ ਸਪੋਰਟ ਆ ਯਾਰ। ਸਾਰਾ ਪਿੰਡ ਇਕੱਠਾ ਹੋ ਜਾਓ, ਪਹਿਲਾਂ ਕੀ ਕਰ ਲਓ, ਉਹਨੂੰ ਫੜ ਕੇ ਕਰਿਓ, ਉਹਦੀ ਕੋਈ ਸ਼ਿਕਾਇਤ ਕਰੋ, ਕੋਈ ਨਾ ਕੁਛ ਕਰੋ, ਕੀ ਕਰ ਲੂਗਾ ਗੱਲ ਉਹ। ਆਪਾਂ ਵੈਸੇ ਕਹਿ ਤਾਂ ਦਿੰਦੇ ਹਾਂ ਕਿ ਨਸ਼ਾ ਵੇਚਣ ਦਾ ਸਰਕਾਰਾਂ ਦਾ ਹੱਥ ਹੈ ਜਾਂ ਪੁਲਿਸ ਵਾਲਾ ਦਾ ਹੱਥ ਆ। ਇਹ ਨਸ਼ਾ ਇਸ ਕਰਕੇ ਬੰਦ ਨਹੀਂ ਹੁੰਦਾ ਕਿਉਂਕਿ ਆਪਾਂ ਸਭ ਨੇ ਅਣਦੇਖਾ ਕਰ ਰਹੇ ਇਹਨਾਂ ਨੂੰ। ਆਪਾਂ ਕੁਛ ਕਹਿੰਦੇ ਨਹੀਂ, ਇਹ ਨਸ਼ਾ ਵੇਚਣ ਵਾਲੇ ਵੇਚ ਕੇ ਜਾਂਦੇ ਅਤੇ ਕਰਨ ਵਾਲੇ ਮਰ ਕੇ ਪੈ ਜਾਂਦੇ। ਇਹ ਸਭ ਆਪਣੀ ਗਲਤੀ ਹੋ ਰਹੀ, ਗੁੱਸਾ ਨਾ ਕਰਿਓ, ਆਪਣੇ ਸਾਹਮਣੇ ਅਣਦੇਖਾ ਹੋ ਰਿਹਾ ਕਿ ਤੁਹਾਨੂੰ ਸਭ ਨੂੰ ਪਤਾ, ਆਪਣੇ ਪਿੰਡ 'ਚ ਤੁਹਾਡੇ ਹੋਰ ਸਾਰੇ ਪਿੰਡ ਨੂੰ ਪਤਾ ਹੋਊਗਾ ਕਿ ਸਾਡੇ ਪਿੰਡ 'ਚ ਕੋਈ ਬੰਦਾ ਨਸ਼ਾ ਵੇਚਣ ਆਉਂਦਾ, ਪਰ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਇਸ ਬੰਦੇ ਨੂੰ ਕੋਈ ਰੋਕ ਲਵੇ। ਕਿਉਂ ਨਹੀਂ ਪੈਂਦੀ? ਸਾਰਾ ਪਿੰਡ ਇਕੱਠਾ ਹੋ ਜਾਓ, ਅਗਲੇ ਵਾਰ ਕਿੱਥੋਂ ਆ ਲੂਏ? ਨਸ਼ਾ ਕਰਕੇ ਮਰਨ ਵਾਲਿਆਂ ਦੇ ਲਈ ਮੁਹੱਬਤ ਚੱਕਣ ਨਾਲੋਂ ਚੰਗਾ ਨਸ਼ਾ ਵੇਚਣ ਵਾਲੇ ਡੰਡੇ ਚੱਕ ਲਓ। ਨਸ਼ਾ ਬੰਦ ਹੋਣ ਲਈ ਟਾਈਮ ਨਹੀਂ ਲੱਗਣਾ, 1 ਮਹੀਨੇ ਦੇ ਅੰਦਰ ਅੰਦਰ ਨਸ਼ਾ ਬੰਦ ਹੋ ਜਾਊ। ਜੋ ਸਾਰੇ ਪਿੰਡ ਵਾਲੇ ਖਿਲਾਫ਼ ਹੋ ਗਏ ਨਾ, ਨਾਲੇ ਇਹ ਇਕੱਲਾ ਤੁਹਾਡਾ ਪਿੰਡ ਨਹੀਂ, ਸਾਰੇ ਪੰਜਾਬ ਦੇ ਪਿੰਡ ਇੱਦਾਂ ਕਰ ਲੈਣ ਨਾ, ਤਾਂ ਪੰਜਾਬ 'ਚ ਨਸ਼ਾ 1 ਮਹੀਨੇ 'ਚ ਬੰਦ ਹੋ ਜਾਊਗਾ। ਇਹ ਮੇਰੇ ਤੋਂ ਤੁਸੀਂ ਲਿਖਾ ਲਓ। ਅਤੇ ਨਸ਼ਾ ਵੇਚਣ ਵਾਲੇ ਨੂੰ ਰੋਕਾਂਗੇ, ਅਤੇ ਜਿਹੜੇ ਨਸ਼ਾ ਕਰਦੇ ਆ ਇਹ ਤਾਂ ਮਿੰਟ 'ਚ ਗਾਇਬ ਹੋ ਜਾਣੇ ਇੱਥੋਂ। Thank you.
ਜੇ ਬੰਦਾ ਕਰਾਉਣਾ ਹੋਵੇ ਤਾਂ। ਪਹਿਲੀ ਗਲਤੀ ਤੇ ਇਸ ਪਿੰਡ ਚ ਨਸ਼ਾ ਵੇਚ ਕੇ ਕਰ ਚੁੱਕਿਆ ਤੇ ਦੂਜੀ ਗਲਤੀ ਉਸ ਬਜ਼ੁਰਗ ਦੇ ਹੱਥ ਚੱਕ ਕੇ ਕਰ ਚੁੱਕਿਆ ਤੇ ਤੀਜੀ ਗਲਤੀ ਤੇਰੀ ਬਰਦਾਸ਼ਤ ਨਹੀਂ ਕਰਨੀ। ਅੱਜ ਤੋਂ ਬਾਅਦ ਜੇ ਤੂੰ ਸਾਡੇ ਪਿੰਡ ਚ ਦੁਬਾਰਾ ਦਿਸ ਗਿਆ ਨਾ ਤਾਂ ਤੂੰ ਹੀ ਤੇਰੀ ਲਾਸ਼ ਵਾਪਸ ਜਾਊਗੀ, ਸਮਝ ਲੱਗੀ? ਨਾਲੇ ਇਸ ਪਿੰਡ ਚ ਨਹੀਂ, ਜੇ ਕਿਸੇ ਹੋਰ ਪਿੰਡ ਚ ਨਜ਼ਰ ਆ ਗਿਆ ਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਨਾਲੇ ਤੁਹਾਨੂੰ ਪਤਾ ਜੀ, ਅੱਜ ਕੱਲ੍ਹ ਪੰਜਾਬ 'ਚ ਨਸ਼ਾ ਬਹੁਤ ਜ਼ਿਆਦਾ ਹੋ ਚੁੱਕਿਆ ਜੀ ਅਤੇ ਨਸ਼ਾ ਹੀ ਆਪਾਂ ਨੂੰ ਰੋਕਣਾ ਪੈਣਾ ਸਭ ਨੂੰ, ਆਪਾਂ ਕਿਸੇ ਨੂੰ ਸਰਕਾਰ ਜਾਂ ਕਿਸੇ ਹੋਰ ਕਿਸੇ ਉਮੀਦਵਾਰ ਤੋਂ ਆਪਾਂ ਉਮੀਦ ਨਹੀਂ ਰੱਖਣੀ ਚਾਹੀਦੀ। ਸੋ ਇਸ ਕਰਕੇ ਆਪਾਂ ਨੂੰ ਖੁਦ ਨੂੰ ਨਸ਼ਾ ਰੋਕਣਾ ਪੈਣਾ, ਜੋ ਕਿ ਨਸ਼ਾ ਵੇਚਣ ਆਉਂਦਾ ਤਾਂ ਉਹਦੇ ਮੁਹੱਲੇ 'ਚ ਉਹਨੂੰ ਰੋਕੋ। ਅਤੇ ਇੰਨੇ ਕਹਿਣਾ ਸੀਗੇ ਜੀ, ਵੀਡੀਓ ਵਧੀਆ ਲੱਗੇ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ। ਸਾਡਾ ਪੇਜ ਥੋੜ੍ਹਾ ਹੱਸ ਵੀ ਲਓ, ਜ਼ਰੂਰ ਯਾਦ ਰੱਖਿਓ ਜੀ, ਪੇਜ ਨੂੰ ਵੀ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।